ਸੱਚੀ ਗੱਲ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਦਵਾਨ ਪੰਜਾਬ ਦੀ ਗਿੱਦੜਬਾਹਰ ਸੀਟ ਜੋ ਹੈ ਇਸ ਵੇਲੇ ਹੌਟ ਸੀਟ ਬਣੀ ਹੋਈ ਹੈ ਇਸ ਵਾਸਤੇ ਨੇ ਕਿ ਬਹੁਤ ਸਾਰੀ ਪਾਰਟੀਆਂ ਇਸ ਦੇ ਉੱਤੇ ਦਾ ਖੇਡਣਾ ਚਾਹੁੰਦੀਆਂ ਪਰ ਗੱਲ ਦਰਸਲ ਇਹ ਹੈ ਕਿ ਕਾਫੀ ਚਿਰ ਤੋਂ ਅਕਾਲੀ ਦਲ ਦੇ ਵਿੱਚਕਾਰ ਦੇ ਡਿੰਪੀ ਢਿੱਲੋ ਕੱਲ ਅਕਾਲੀ ਦਲ ਨੂੰ ਟਾਟਾ ਬਾਏ ਬਾਏ ਬੋਲ ਗਏ ਨੇ ਤੇ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਇੱਕ ਵਾਰ ਫਿਰ ਆਪਣੇ ਕਾਰਕਟਰਾਂਵਾਂ ਨਾਲ ਗਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਬੜੇ ਪਾਰਟੀਆਂ ਤੋਂ ਆਫਰ ਆ ਰਹੇ ਨੇ ਲਗਾਤਾਰ ਫੋਨ ਆ ਰਹੇ ਨੇ ਦੋ ਤਿੰਨ ਮਹੀਨਿਆਂ ਤੋਂ ਭਾਵੇਂ ਕਾਂਗਰਸ ਹੋਵੇ ਭਾਵੇਂ ਭਾਜਪਾ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਸਾਰੇ ਮੈਨੂੰ ਫੋਨ ਕਰ ਰਹੇ ਸੀ ਤੇ ਤੁਸੀਂ ਦੱਸੋ ਕਿ ਮੈਂ ਕਿਸ ਵੱਲ ਜਾਵਾਂ ਤਾਂ ਜੇ ਸੰਕੇਤ ਮਿਲੇ ਨੇ ਆਮ ਆਦਮੀ ਪਾਰਟੀ ਦੇ ਵੱਲ ਜਾਣ ਦੇ ਮਿਲੇ ਲੇਕਿਨ ਸੁਧਾਰ ਲਹਿਰ ਤੋਂ ਅਕਾਲੀ ਦਲ ਦੇ ਪ੍ਰਮਿੰਦਰ ਸਿੰਘ ਢੀਮ ਸਮੇਂ ਨਾਲ ਇੱਥੇ ਮੌਜੂਦ ਨੇ ਸਰ ਜਦ ਆਪਾਂ ਗੱਲ ਕਰਦੇ ਨੇ ਜਿਸ ਤਰ੍ਹਾਂ ਡਿੰਪੀ ਢਿੱਲੋਂ ਨੇ ਓਕੇ ਟਾਟਾ ਬਾਏ ਬਾਏ ਕੀਤਾ ਅਕਾਲੀ ਦਲ ਨੂੰ ਤੁਸੀਂ ਵੀ ਬਹੁਤ ਸਾਰਿਆਂ ਨੇ ਕੀਤਾ ਹੈਗਾ ਲੇਕਿਨ ਉਹਨਾਂ ਦੀ ਟਾਟੇ ਬਾਏ ਬਾਏ 'ਚ ਤੁਹਾਨੂੰ ਕੀ ਨਜ਼ਰ ਆਇਆ ਪਹਿਲੀ ਗੱਲ ਤਾਂ ਅਸੀਂ ਅਕਾਲੀ ਦਲ ਨੂੰ ਬਿਲਕੁਲ ਨਹੀਂ ਛੱਡਿਆ ਸਾਨੂੰ ਸੁਖਬੀਰ ਸਿੰਘ ਬਾਦਲ ਨੇ ਆਪਣੇ ਦਲ ਚੋਂ ਕੱਢਿਆ ਪਰ ਅਸੀਂ ਅਕਾਲੀ ਆ ਅਸੀਂ ਅਕਾਲੀ ਦਲ ਬਚਾਉਣ ਵਾਸਤੇ ਲੱਗੇ ਹੋਏ ਆ ਤੇ ਅੱਜ ਦੀਆਂ ਜਿਹੜੀਆਂ ਕੱਲ ਦੀਆਂ ਘਟਨਾਵਾਂ ਇਹ ਸਾਬਤ ਫੇਰ ਕਰਨੀਆਂ ਨੇ ਦੁਬਾਰਾ ਦੁਬਾਰੇ ਵੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਸੁਰੱਖਿਤ ਨਹੀਂ ਹੈ ਅਕਾਲੀ ਦਲ ਦਾ ਨੁਕਸਾਨ ਹੋ ਰਿਹਾ ਹੈ ਜਿਹੜਾ ਹੈ ਅਕਾਲੀ ਦਲ ਕਮਜ਼ੋਰ ਇਹਨਾਂ ਹਾਲਾਤਾਂ ਚ ਹੋ ਰਿਹਾ ਹੈ ਵੀ ਜੇ ਹੁਣ ਨਾ ਬਚਾਇਆ ਗਿਆ ਤਾਂ ਅਕਾਲੀ ਦਲ ਦਾ ਨਾਮੋ ਨਿਸ਼ਾਨ ਖਤਮ ਹੋ ਜਾਏਗਾ ਇਹ ਇਸ ਹਾਲਾਤ ਤੇ ਲਿਆ ਕੇ ਸੁਖਬੀਰ ਸਿੰਘ ਬਾਦਲ ਨੇ ਖੜਾ ਕਰਤਾ ਸੋ ਇਹ ਜੋ ਡਿੰਪੀ ਢਿਲੋਂ ਜੀ ਦੀ ਜੋ ਇਹ ਸਾਰੀ ਘਟਨਾ ਹੋਈ ਹੈ ਇਹ ਬੜੀ ਮੰਦ ਭਾਗੀ ਹੈ ਤੇ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਸਮਝਦਾ ਪਿਛਲੀਆਂ ਚੋਣਾਂ ਵਿੱਚ ਜੇ ਅਕਾਲੀ ਦਲ ਨੂੰ ਮਾਲਵੇ ਵਿੱਚ ਸਭ ਤੋਂ ਵੱਧ ਵੋਟ ਪਈ ਤਾਂ ਉਹ ਡਿੰਪੀ ਢਿਲੋਂ ਦੇ ਹਲਕੇ ਵਿੱਚ ਪਈ ਸੀ ਸੋ ਐਸੇ ਵਿਅਕਤੀ ਨਾਲ ਵੀ ਜੇ ਇਹੋ ਜਿਹਾ ਕੁਝ ਕਰ ਸਕਦੀ ਹੈ ਪਾਰਟੀ ਤਾਂ ਆਮ ਜਿਹੜੇ ਵਰਕਰ ਨੇ ਆਗੂਆਂ ਦਾ ਉਹਨੂੰ ਕੀ ਫਿਕਰ ਹੈ ਅੱਛਾ ਵਿਰੋਧੀ ਪਾਰਟੀਆਂ ਕਹਿ ਰਹੇ ਨੇ ਹੁ ਅਕਾਲੀ ਦਲ ਨਹੀਂ ਰਹਿ ਗਿਆ ਖਾਲੀ ਦਲ ਰਹਿ ਗਿਆ ਅ ਡਿੰਪੀ ਢਿੱਲੋਂ ਦੀ ਅਸੀਂ ਲਾਈਵ ਜਦ ਆਏ ਸੀਗੇ ਅੱਜ ਵੀ ਆਏ ਸੀਗੇ ਤੇ ਜੂਨ ਮੈਂ ਗੱਲਾਂ ਕਹੀਆਂ ਉਹ ਕਹਿੰਦੇ ਕਿ ਮੈਨੂੰ ਦੋ ਤਿੰਨ ਦਿਨ ਤੋਂ ਕਹਿ ਰਹੇ ਸੀ ਕਿ ਮੈਂ ਤੇਰੇ ਘਰ ਆ ਜਾਂਦਾ ਤੂੰ ਮੇਰੇ ਘਰ ਆ ਜਾ ਚਾਹ ਪੀਣਦੇ ਬੈਠ ਕੇ ਗੱਲਬਾਤ ਕਰਦੇ ਨੇ ਉਸ ਗੱਲਬਾਤ ਦੌਰਾਨ ਜੋ ਗੱਲਬਾਤ ਹੋਈ ਕਿਤੀ ਕਿ ਆ ਅਗਰ ਸਿਆਸਤ ਹੀ ਕਰਨੀ ਹੈ ਤਾਂ ਤੂੰ ਤਲਵੰਡੀ ਸਭੂ ਚੱਲ ਜਾ ਇਹ ਵਾਲੀ ਸੀਟ ਛੱਡਦੇ ਕਿਉਂਕਿ ਬੜੇ ਚਿਰ ਤੋਂ ਕਹਿ ਰਹੇ ਸੀ ਸੁਖਬੀਰ ਸਿੰਘ ਬਾਦਲ ਕਿ ਬਹਾ ਹਲਕੇ ਤੋਂ ਵਿਧਾਨ ਸਭਾ ਚੋਣਾਂ ਲਗ ਸਾਈ ਬਾ ਇਲੈਕਸ਼ਨ ਜੋ ਹੋਣ ਵਾਲੇ ਉਸ ਦੇ ਵਾਸਤੇ ਲਗਾਤਾਰ ਸਰਗਰਮ ਸੀਗੇ ਲਗਾਤਾਰ ਉਸ ਦੇ ਵਿੱਚ ਦਾ ਡਿੰਪੀ ਢਿੱਲੋ ਵੀ ਉਹਨਾਂ ਦੇ ਨਾਲ ਬਿਲਕੁਲ ਸਰਗਰਮ ਸੀਗੇ ਲੇਕਿਨ ਇਹ ਜੇ ਗਲਬਾਤ ਹੋਈ ਇਸ ਦੇ ਵਿਚਕਾਰ ਕਿਉਂਕਿ ਤੁਹਾਡੇ ਨਾਲ ਵੀ ਅਜਿਹੇ ਹੋਏ ਤੁਹਾਨੂੰ ਵੀ ਕਿਹਾ ਸੀ ਕਿ ਤਨ ਕਿਤੇ ਸੰਗਰੂੜ ਦੇ ਜੇ ਸੀਟ ਹੈਗੀ ਉਹ ਤੁਹਾਨੂੰ ਦਿੱਤੀ ਜਾਵੇਗੀ ਟਿਕਟ ਦਿੱਤੀ ਜਾਵੇਗੀ ਨਹੀਂ ਦਿੱਤਾ ਗਿਆ ਕਿਹੋ ਜਿਹਾ ਫੀਲ ਹੋਇਆ ਦੇਖੋ ਮੈਂ ਤਾਂ ਇਹ ਕਹਿਣਾ ਵੀ ਜਦ ਪਾਰਟੀ ਪ੍ਰਧਾਨ ਹੀ ਸਵਾਰਥ ਨਾਲ ਫੈਸਲੇ ਕਰਨ ਲੱਗ ਪਏ ਤਾਂ ਫੇਰ ਪਾਰਟੀ ਨੂੰ ਕੋਈ ਨਹੀਂ بچਾ ਸਕਦਾ ਉਹਨਾਂ ਦੇ ਹਰ ਫੈਸਲੇ ਦੇ ਵਿੱਚ ਨਿੱਜੀ ਸਵਾਰਥ ਝਲਕਦਾ ਤੁਸੀਂ ਚਾਹੇ ਸਰਕਾਰ ਸਮੇ ਚਾਹੇ ਦੇਸ਼ਾਂ ਮੁਕਤੀ ਦੀ ਮਾਫੀ ਉਹਨਾਂ ਨੇ ਕੌਮ ਬਾਰੇ ਨਹੀਂ ਸੋਚਿਆ ਸਿਰਫ ਆਪਦੇ ਬਾਰੇ ਸੋਚਿਆ ਫੇਰ ਅਕਾਲ ਤੱਕ ਸਭ ਤੋਂ ਮਾਫੀ ਦਿਵਾਉਣੀ ਫੇਰ ਜਿਹੜਾ ਹੈ ਉਹ ਉਸ ਤੋਂ ਬਾਅਦ ਜੋ ਜਿਸ ਤਰੀਕੇ ਨਾਲ ਉਹ ਪਾਰਟੀ ਨੂੰ ਚਲਾ ਰਹੇ ਨੇ ਉਹਨਾਂ ਨੇ ਪਾਰਟੀ ਨੂੰ ਵੀ ਧੜਿਆਂ ਵਿੱਚ ਜਿਹੜਾ ਹੈ ਵੰਡਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਪਾਰਟੀ ਮੁਖੀ ਹੁੰਦਾ ਉਹ ਤਾਂ ਇਹ ਜੀ ਸੋਚ ਰੱਖਦਾ ਹੀ ਨਹੀਂ ਸੋ ਇਸ ਕਰਕੇ ਉਹਨਾਂ ਦਾ ਜਿਹੜਾ ਸਵਾਰਥ ਹੈ ਸੁਬੀਰ ਸਿੰਘ ਬਾਦਲ ਦਾ ਉਹ ਅੱਜ ਪਾਰਟੀ ਨੂੰ ਖਤਮ ਕਰ ਰਿਹਾ ਤੇ ਸਾਡੀਆਂ ਜਿਹੜੀਆਂ ਗਲੀਆਂ ਕਹੀਆਂ ਗੱਲਾਂ ਨੇ ਅੱਜ ਸਾਰੀਆਂ ਹੂਬ ਹੂ ਸਹੀ ਸਾਬਤ ਹੋ ਰਹੀਆਂ ਵੈਸੇ ਤਾਂ ਪਹਿਲਾਂ ਹੀ ਸਹੀ ਸਾਬਤ ਹੋ ਚੁੱਕੀਆਂ ਪਰ ਹਰ ਰੋਜ਼ ਉਹ ਗੱਲਾਂ ਸਹੀ ਹੋ ਰਹੀਆਂ ਨੇ ਪਿੱਛੇ ਸਾਡੇ 3 ਤਾਂ ਐਮ.ਐਲ.ਏ ਨੇ ਇੱਕ ਪਹਿਲਾਂ ਹੀ ਘਰੇ ਬੈਠੇ ਨੇ ਇੱਕ ਹੁਣ ਪਾਰਟੀ ਛੱਡ ਗਿਆ ਤੇ ਉਹ ਉਹ ਮਤਲਬ ਤੁਸੀਂ ਆਪਣੇ ਬੰਦਾਜਾ ਲਾ ਲਓ ਉਹਨਾਂ ਨੇ ਵੀ ਜਿਹੜਾ ਹੈ ਸਾਫ ਹੈ ਵੀ ਸੁਖਬੀ ਸਿੰਘ ਬਾਦਲ ਦੇ ਲੀਡਰਸ਼ਿਪ ਤੇ ਸਵਾਨੀ ਨਿਸ਼ਾਨ ਖੜੇ ਕੀਤੇ ਕੀ ਲੱਗਦਾ ਕੀ ਕਗਾਰ ਤੇ ਆ ਗਿਆ ਅਕਾਲੀ ਦਲ ਇਸ ਵੇਲੇ ਜਦ ਦਿਖਿਆ ਜਾਵੇ ਭਾਵੇਂ ਤੁਹਾਨੂੰ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਗਿਆ ਬਾਹਰ ਦਾ ਰਸਤਾ ਦਿਖਾਇਆ ਗਿਆ ਹੈਗਾ ਲੇਕਿਨ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਤੁਹਾਡੇ ਬਾਹਰ ਕੱਢਣ ਤੋਂ ਬਾਅਦ ਇੱਕ ਪਾਰਲੀਮੈਂਟਰੀ ਬੋਰਡ ਦਾ ਗਠਨ ਹੋਇਆ ਜੋ ਇਸ ਵੇਲੇ ਚੋਣਾਂ ਨੂੰ ਲੈ ਕੇ ਚਰਚਾ ਕਰ ਰਿਹਾ ਹੈ ਲੋਕਾਂ ਦੇ ਵਿਚਾਰ ਜਾ ਰਿਹਾ ਇਹ ਪਾਰਲੀਮੈਂਟਰੀ ਬੋਰਡ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਉਹ ਪਾਰਲੀਮੈਂਟਰੀ ਬੋਰਡ ਤਾਂ ਹਜੇ ਮੈਨਾਂ ਦਾ ਪਾਰਲੀਮੈਂਟਰੀ ਬੋਰਡ ਨੇ ਤਾਂ ਇੱਕ ਵੀ ਫੈਸਲਾ ਹੁਣ ਨਹੀਂ ਕੀਤਾ ਅਜੇ ਤਾਂ ਪਾਰਲੀਮੈਂਟਰੀ ਬੋਰਡ ਤਾਂ ਆਪਦਾ ਕੰਮ ਸ਼ੁਰੂ ਕਰੇਗਾ ਪਾਰਲੀਮੈਂਟਰੀ ਬੋਰਡ ਤਾਂ ਉਹ ਹੁੰਦਾ ਜਿਹੜਾ ਇੰਡੀਪੈਂਡੈਂਟ ਫੈਸਲੇ ਲੈ ਸਕੇ ਹੁਣ ਜਿਹੜੇ ਬੰਦੇ ਪਾਰਲੀਮੈਂਟਰੀ ਬੋਰਡ ਚ ਪਾਏ ਨੇ ਉਹ ਤਾਂ ਸਨਦਾਰ ਤੋਂ ਮੀਟਿੰਗ ਬਾਦਲ ਦੇ ਚਮਚੇ ਨੇ ਉਹ ਕੀ ਫੈਸਲਾ ਲੈਣਗੇ ਉਹ ਤਾਂ ਜਿਵੇਂ ਸੁਬੀਤ ਸਿੰਘ ਬਾਦਲ ਕਹਿ ਕੇ ਭੇਜਣਗੇ ਉਹੀ ਜੀ ਰਿਪੋਰਟ ਉਹਨਾਂ ਨੇ ਲੈ ਕੇ ਦੇ ਦੇਣੀ ਹੈ ਇਹ ਕੋਈ ਇਹ ਕੋਈ ਪਾਰਲੀਮੈਂਟਰੀ ਬੋਰਡ ਨਹੀਂ ਹੈ ਹੁਣ ਤਾਂ ਸਾਰੀ ਅਕਾਲੀ ਦਲ ਜਿਹੜਾ ਮੌਜੂਦਾ ਰਹਿ ਗਿਆ ਜਿਹੜੇ ਉਹਨਾਂ ਦੇ ਨਾਲ ਨੇ ਅਕਾਲੀ ਦਲ ਬਾਦਲ ਚ ਉਹ ਸਾਰੇ ਇਹ ਜਿਹੇ ਲੋਕ ਹੀ ਰਹਿ ਗਏ ਜਿਹਨਾਂ ਦਾ ਆਪਦਾ ਕੋਈ ਪੋਲੀਟਿਕਲੀ ਕੋਈ ਗੱਲ ਨਹੀਂ ਹੈਗੀ ਉਹ ਸਾਰੇ ਸੁਖਬੀਰ ਸਿੰਘ ਬਾਦਲ ਦੀ ਰਹਿਮੋ ਕਰਮ ਤੇ ਨਿਰਭਰ ਕਰਦੇ ਨੇ ਤੇ ਉਹ ਜਿਵੇਂ ਉਹ ਕਹਿੰਦੇ ਨੇ ਉਵੇਂ ਕਰੀ ਜਾਂਦੇ ਨੇ ਸੋ ਉਹਨਾਂ ਦੀ ਇਹ ਚੀਜ਼ਾਂ ਦੀ ਹੁਣ ਕੋਈ ਹਮਤ ਨਹੀਂ ਰਹੀ ਜੇ ਪਾਰਲੀਮੈਂਟਰੀ ਬੋਰਡ ਬਣਾਉਣਾ ਸੀ ਤਾਂ ਪਹਿਲਾਂ ਬਣਾਉਣਾ ਚਾਹੀਦਾ ਸੀ ਜਦੋਂ ਪ੍ਰਧਾਨ ਬਣਿਆ ਉਹਦੀ ਬਣਾਉਣਾ ਚਾਹੀਦਾ ਸੀ ਕਿ ਕਿਸ ਕਰਕੇ ਇੰਨਾ ਚਿਰ ਵੇਟ ਕੀਤੀ ਮਤਲਬ ਜੇ ਹੁਣ ਜੇ ਖਾਕਾ ਤਿਆਰ ਕੀਤਾ ਉਹ ਇੰਨਾ ਅਸਰ ਨਹੀਂ ਹੈ ਨੀ ਹੁੰਜਾ ਸਾਰਾ ਕੁਝ ਹੀ ਲੁੱਟ ਗਿਆ ਫਿਰ ਤੁਸੀਂ ਉਸ ਤੋਂ ਬਾਅਦ ਤੇ ਜੋ ਮਰਜ਼ੀ ਕਰੀ ਜਾਓ ਅੱਛਾ ਟੀਜਰ ਜੀ ਇੱਕ ਹੋਰ ਚੀਜ਼ ਹੈਗੀ ਆਪਾਂ ਦੇਖਿਆ ਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਇਸ ਵੇਲੇ ਭਾਵੇਂ ਤੁਸੀਂ ਕਹਿ ਰਹੇ ਹੋ ਕਿ ਗਾਰ ਦੇ ਵਿਚਕਾਰ ਆ ਗਿਆ ਖੱਲੀ ਹੋ ਗਿਆ ਬਹੁਤ ਸਾਰੇ ਲੋਕ ਕਹਿ ਰਹੇ ਨੇ ਲੇਕਿਨ ਇਸ ਤੇ ਵਿਚਕਾਰ ਅਸੀਂ ਦੇਖਿਆ ਕਿ ਕੱਲ ਜੋ ਡਿੰਪੀ ਢਿਲੂ ਨੇ ਕਿਹਾ ਜੋ ਅੱਜ ਕਿਹਾ ਉਸ ਤੇ ਵਿਚਕਾਰ ਜੋ ਗੱਲਾਂ ਸੀਗੀਆਂ ਉਹ ਵੱਖਰੀ ਆਈਆਂ ਲੇਕਿਨ ਸੁਖਬੀਰ ਸਿੰਘ ਬਾਦਲ ਤੇ ਕਾਲੀ ਦਲ ਹੱਲੇ ਵੀ ਡਿੰਪੀ ਢਿੱਲੋ ਦੇ ਉੱਤੇ ਨਰਮ ਨਰਜ਼ਾ ਆ ਰਹੇ ਨੇ ਕਹਿੰਦੇ ਕਿ ਹਜੇ ਹਜੇ ਅਨਾਉਂਸ ਕਰਨਾ ਸੀਗਾ ਡਿੰਪੀ ਢਿੱਲੋ ਹੀ ਗਿੱਦੜਬਾਹ ਤੋਂ ਉਮੀਦਵਾਰ ਸੀਗਾ ਫਿਰ ਇਹ ਅਟਕਲਾ ਕਿਵੇਂ ਆ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਗਿੱਦੜਬਾਹ ਤੋਂ ਲੜ ਸਕਦੇ ਨੇ ਕੋ ਮੈਂ ਤੁਹਾਨੂੰ ਉਹੀ ਕਹਿ ਰਿਆਂਗਾ ਉਸ ਉਹਨਾਂ ਦਾ ਸਵਾਲ ਸੀ ਉਹ ਸਿਚੁਏਸ਼ਨ ਵਾਚ ਕਰ ਰਹੇ ਸੀ ਜੋ ਮੇਰੇ ਜਾਣਕਾਰੀ ਚਾਹੀਏ ਗੱਲ ਸੁਖਬੀਰ ਸਿੰਘ ਬਾਦਲ ਨੇ ਦੇਖ ਰਹੇ ਸੀ ਵੀ ਦੂਜੇ ਪਾਸੋਂ ਕਿਹੜਾ ਕੈਂਡੀਡੇਟ ਆਉਂਦਾ ਜੇ ਤਾਂ ਕੋਈ ਤਕੜਾ ਕੈਂਡੀਡੇਟ ਆ ਜਾਂਦਾ ਕਾਂਗਰਸ ਦਾ ਫਿਰ ਉਹਨਾਂ ਨੇ ਦੇ ਪਿੱਛੇ ਨੂੰ ਲੜਾਉਣਾ ਸੀ ਜੇ ਕੋਈ ਕਮਜ਼ੋਰ ਕੈਂਡੀਡੇਟ ਆ ਜਾਂਦਾ ਤਾਂ ਫਿਰ ਉਹਨਾਂ ਨੇ ਆਪ ਲੜਨਾ ਸੀ ਮਤਲਬ ਉਹਨਾਂ ਨੂੰ ਸਿਰਫ ਆਪ ਦੇ ਜਿਵੇਂ ਤੁਹਾਨੂੰ ਕਹਿੰਦਾ ਜਦ ਪਰਸਨਲ ਸਵਾਰਥ ਜਿਤ ਭਾਰੀ ਹੋ ਜਾਏ ਫਿਰ ਜਿਹੜਾ ਤੁਸੀਂ ਕਿਸੇ ਦੇ ਨਾਲ ਜਿਹੜੇ ਤੁਹਾਡੇ ਆਪ ਦੇ ਸੱਜੀ ਖੱਬੀ ਬਾਹਾਂ ਨੇ ਇਹਨੂੰ ਤੁਸੀਂ ਕਹਿੰਦੇ ਹੋ ਉਹਨਾਂ ਨਾਲ ਵੀ ਤੁਸੀਂ ਨਿਆਂ ਨਹੀਂ ਕਰ ਸਕਦੇ ਕਿਉਂਕਿ ਫਿਰ ਤੁਹਾਨੂੰ ਸਿਰਫ ਆਪ ਦੇ ਬਾਰੇ ਹੀ ਸੋਚਦੇ ਹੋ ਤੁਸੀਂ ਵੀ ਮੈਂ ਮੇਰੇ ਨਾਲ ਮੇਰਾ ਕੀ ਫਾਇਦਾ ਹੁੰਦਾ ਯਾਰ ਮੈਂ ਆਪ ਦਾ ਆਪ ਨੂੰ ਕਿਵੇਂ ਸੁਰੱਖਿਅਤ ਰੱਖ ਸਕਦਾ ਕਰੀ ਗਿੱਦਰਬਾਹ ਸਿੱਧ ਦੀ ਗੱਲ ਕੀਤੀ ਜਾਵੇ ਤਾਂ ਇਹ ਬਾਦਲ ਪਰਿਵਾਰ ਦਾ ਗੜ ਵੀ ਮੰਨਿਆ ਜਾਂਦਾ ਹੈਗਾ ਮਨਪ੍ਰੀਤ ਬਾਦਲ ਵੀ ਕਿਤੇ ਨਾ ਕਿਤੇ ਹੁਣ ਸਰਗਰਮ ਨੇ ਜੋ ਬੀਜੇਪੀ ਵੱਲ ਤੋਂ ਆਉਂਦੇ ਨੇ ਆ ਬਾਦਲ ਕਿਉਂਕਿ ਮੈਂ ਮਨਪ੍ਰੀਤ ਬਾਦਲ ਦੀ ਗੱਲ ਇਸ ਵਾਸਤੇ ਕਰ ਰਹੀ ਹਾਂ ਕਿਉਂਕਿ ਟਿੰਪੀ ਟਲੋ ਨੇ ਵੀ ਕਿਹਾ ਕਿ ਜਦ ਮਨਪ੍ਰੀਤ ਬਾਦਲ ਨੇ ਸਾਈਡ ਕੀਤਾ ਤੱਕ ਪਾਸੇ ਮਨਪ੍ਰੀਤ ਬਾਦਲ ਹੋ ਗਿਆ ਸੁਖਬੀਰ ਬਾਦਲ ਹੋ ਗਿਆ ਮੈਂ ਫਿਰ ਵੀ ਸੁਖਪੀਰ ਸਿੰਘ ਬਾਦਲ ਵੱਲ ਗਿਆ ਹੁਣ ਜੀ ਉਹਨਾਂ ਨੇ ਕਿਹਾ ਕਿ ਮੈਨੂੰ ਮੱਖੀ ਦੇ ਵਾਂਗ ਖਿਚੜੀ ਤੋਂ ਕੱਟ ਕੇ ਬਾਹਰ ਰੱਖਤਾ ਇਸ ਨੂੰ ਕਿਵੇਂ ਦੇਖਦੇ ਹੋ ਮਨਪ੍ਰੀਤ ਬਾਦਲ ਦੀ ਜੀ ਐਂਟਰੀ ਹੈ ਇਸ ਨੂੰ ਕਿਵੇਂ ਦੇਖ ਇਕੋ ਅਸੀਂ ਤਾਂ ਜੋ ਉਹਨਾਂ ਨਾਲ ਕੀਤਾ ਇਹਨਾਂ ਨੇ ਬਹੁਤ ਮਾੜਾ ਕੀਤਾ ਇਸ ਕੋਈ ਦੋ ਰਾਇ ਨਹੀਂ ਕਿਉਂਕਿ ਉਹਨਾਂ ਦੇ ਸੁਖਵੀਰ ਸਿੰਘ ਬਾਦਲ ਦੇ ਤਾਂ ਸਭ ਤੋਂ ਕਰੀਬੀ ਦੋ ਤਿੰਨ ਬੰਦਿਆਂ ਚੋਂ ਡਿੰਪੀ ਜਾਣੇ ਜਾਂਦੇ ਸੀ ਜੇ ਉਹਦੇ ਨਾਲ ਇਹ ਹੋ ਸਕਦਾ ਤਾਂ ਬਾਕੀ ਲੀਡਰ ਕੀ ਚੀਜ਼ ਨੇ ਉਹਨਾਂ ਨੂੰ ਜਦ ਮਰਜ਼ੀ ਵਾਰਤ ਕਿਸੇੜ ਸਕਦੇ ਆ ਉਹ ਤੇ ਮਨਪ੍ਰੀਤ ਸਿੰਘ ਬਾਦਲ ਬਾਰੇ ਮੈਂ ਅੱਜ ਕੋਈ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਹ ਜੋ ਭਾਜਪਾ ਚ ਨੇ ਇਹਨਾਂ ਮੈਨੂੰ ਜਰੂਰ ਪਤਾ ਹੈ ਵੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਉਹਨਾਂ ਦੀ ਗੱਲ ਚੱਲ ਰਹੀ ਸੀ ਅ ਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਪਰੋ ਕਿਸੇ ਕਾਰਨ ਕਰਕੇ ਰੁਕ ਗਈ ਅੱਜ ਕੀ ਹੋ ਰਿਹਾ ਹੈ ਤਾਂ ਮੈਨੂੰ ਹੁਣ ਕੋਈ ਜਾਣਕਾਰੀ ਨਹੀਂ ਮਤਲਬ ਅਟਕਲਾਂ ਸੀ ਕਿ ਵਾਪਸ ਬਾਦਲ ਪਰਿਵਾਰ ਦੇ ਨਾਲ ਮਿਲ ਕੇ ਕਾਲੀ ਦਲ ਵਿੱਚ ਜਾ ਸਕਦਾ ਬਿਲਕੁਲ ਕਾਫੀ ਕੁਝ ਮਹੀਨੇ ਪਹਿਲਾਂ ਇਹ ਕਾਫੀ ਚਰਚਾ ਸੀ ਵਿੱਚ ਮਨਪ੍ਰੀਤ ਸਿੰਘ ਬਾਦਲ ਕਾਲੀ ਦਲ ਵਿੱਚ ਜਾ ਸਕਦੇ ਆ ਜਿਸ ਵੇਲੇ ਭਾਜਪਾ ਦੇ ਨਾਲ ਗੱਠਜੋੜ ਦੀ ਗੱਲ ਚੱਲੀ ਤੇ ਉਸ ਸਮੇਂ ਦੀ ਗੱਲ ਹੈਗੀ ਹੈ ਨਹੀਂ ਉਸ ਤੋਂ ਪਹਿਲਾਂ ਦੀ ਗੱਲ ਹੈ ਤੇ ਭਾਜਪਾ ਨਾਲ ਗੱਠ ਜੋੜ ਤਾਂ ਇਲੈਕਸ਼ਨਾਂ ਦੇ ਨੇੜੇ ਆ ਕੇ ਸ਼ੁਰੂ ਹੋਇਆ ਇੱਕ ਵੱਡੀ ਗੱਲ ਜਿਹੜੇ ਪ੍ਰਵਿੰਦਾ ਸਿੰਘ ਢੀਂਸਾ ਨੇ ਇੱਥੇ ਦੱਸੀ ਹੈਗੀ ਕਿ ਮਨਪ੍ਰੀਤ ਸਿੰਘ ਬਾਦਲ ਵੀ ਅਕਾਲੀ ਦਲ ਵਾਪਸ ਜੁਆਇਨ ਕਰਨਾ ਚਾਰੇ ਸੀ ਲੇਕਿਨ ਕੁਝ ਗੱਲਾਂ ਕਰਕੇ ਸ਼ਾਇਦ ਸਹਿਮਤੀ ਨਹੀਂ ਬਣ ਪਾਈ ਲੇਕਿਨ ਸਭ ਤੋਂ ਵੱਡੀ ਗੱਲ ਹੈਗੀ ਕਿ ਸਹਿਮਤੀ ਕਿਸ ਗੱਲ ਤੇ ਨਹੀਂ ਬਣ ਪਾਈ ਇਹ ਵੀ ਦੇਖਣਾ ਬਹੁਤ ਜ਼ਰੂਰ ਹੋ ਗਿਆ ਕਿਉਂਕਿ ਗਿੱਦੜਵਾਹ ਸੀਟ ਦੇ ਲਈ ਜਿਹ ਹੈ ਮਨਪ੍ਰੀਤ ਬਾਦਲ ਵੀ ਇਸ ਵੇਲੇ ਸਰਗਰਮ ਨੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿਚਕਾਰ ਕਿਉਂਕਿ ਡਿੰਪੀ ਢਿਲੋਂ ਨੇ ਸੰਕੇਤ ਦਿੱਤੇ ਆਮ ਆਦਮੀ ਪਾਰਟੀ ਦੇ ਵੱਲ ਜਾਂਦਾ ਇਹਨਾਂ ਨੇ ਕਿਹਾ ਕਿ ਅਗਰ ਸੁਖਬੀਰ ਬਾਦਲ ਦੇ ਬਹੁਤ ਕਰੀਬੀ ਰਹੇ ਨੇ ਦੋ ਤਿੰਨ ਲੋਕਾਂ ਦੇ ਵਿਚਕਾਰ ਡ नाल नाल हो सकता है तक किसी भी नाल कुछ भी हो सकता है कैमरामैन अनिल कैमरा मैन अनिली सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर